गुड मॉर्निंग जी सारे नूं। आ जिहड़ियां तुसीं टेबल दे पिछे लाइट ही नहीं देख रहे हैगे, इह आपां बड़े चाह चाह नाल मंगाईआं सी पर इह कदे बंद हो जांदी है, इहदे विच काफ़ी एरर ही आ रहे ने। सो कल मैं अमेजॉन दे उत्ते रिटर्न मारता, 14 दिनां दे विच रिटर्न कर सकदे सीगे, अज दा लास्ट दिन। सो आपां अज इहनूं लाईए, पैक करिए ते अमेजॉन वालिआं दे भेजिए। पर जदों दा मैं इहनां नूं भेजण दा डिसीजन बणाया, इह ज़्यादा सोहणीआं लग गईआं ने। सो किन्नीआं सोहणीआं लग रहीआं ने। अपने कोई एमेजॉन वाला डब्बा है नहीं, सो आप वॉलमार्ट वाला डब्बा पिया उस पा के इन पैक कर देने। आज जो रिटर्न लेवल हों इन बिच पा देना। लो जी अपना पैकेज हो गया रेडी। ਆਪਾਂ ਨਿਕਲ ਗਏ ਜੀ ਘਰੋਂ, ਅੱਜ ਸ਼ਰਨ ਦੀ ਅਪੁਆਇੰਟਮੈਂਟ ਆ ਡਾਕਟਰ ਦੇ, ਉਦੋਂ ਬਾਅਦ ਥੋੜ੍ਹੀ ਜਿਹੀ ਗਰੋਸਰੀ ਵੀ ਕਰ ਲਾਂਗੇ, ਇੱਕ ਉਹ ਪੈਕੇਜ ਰਿਟਰਨ ਕਰਕੇ ਆਉਣਾ ਜਿਹੜਾ ਪੈਕ ਕੀਤਾ ਵਾ। 10:30 ਵਜੇ ਅਪੁਆਇੰਟਮੈਂਟ, ਆਪਾਂ ਜੇ ਟ੍ਰੈਫਿਕ ਨਾ ਪਈ ਤਾਂ ਬਿਲਕੁਲ ਟਾਈਮ 'ਤੇ ਪਹੁੰਚ ਹੀ ਜਾਵਾਂਗੇ। डॉक्टर को लिया जी, ਤੇ ਮੈਂ ਨਾ ਕਾਫੀ ਦਿਨਾਂ ਤੋਂ ਜੋਸ਼ ਟਾਕਸ ਵਾਲਿਆਂ ਦੀ ਉਹ ਮੈਨੂੰ ਮੈਸੇਜ ਆਇਆ ਪਿਆ ਸੀਗਾ ਵੀ ਤੁਸੀਂ ਸਾਨੂੰ ਆਪਣੀ ਇੰਟਰਵਿਊ ਵਗੈਰਾ ਹੈ ਨਾ। ਮੈਂ ਸੋਚਿਆ ਵੀ ਹਲੇ ਇੰਟਰਵਿਊ ਜੋਗੇ ਹੋਏ ਨਹੀਂ ਹੈਗੇ, ਬਟ ਅੱਜ ਮੈਂ ਹੁਣ ਉਰੇ ਪਾਰਕਿੰਗ ਦੇ ਵਿੱਚ ਬੈਠਾ ਸੀਗਾ, ਮੈਂ ਕਿਹਾ ਕਿਉਂ ਨਾ ਟਾਈਮ ਦਾ ਫਾਇਦਾ ਉਠਾਇਆ ਜਾਵੇ। ਮੈਂ ਹੁਣੇ ਉਹਨਾਂ ਨੂੰ ਬੋਲ ਕੇ ਮੈਸੇਜ ਕੀਤੇ ਆ, ਪਰ ਮੈਂ ਆਪਣੇ ਬਾਰੇ ਪਰਸਨਲੀ ਨਹੀਂ ਬਾਹਲਾ ਦੱਸਿਆ ਹੈਗਾ। ਮੈਂ ਸਿਰਫ ਉਹ ਚੀਜ਼ਾਂ ਦੱਸੀਆਂ ਨੇ ਵੀ ਜਿਹੜੀਆਂ ਮੈਂ ਤੁਹਾਨੂੰ ਲੋਕਾਂ ਨੂੰ ਦੱਸਣੀਆਂ ਚਾਹੁੰਦਾ, ਜਿਹੜੀ ਮੈਂ ਓਵਰਸ ਦਾ ਈਅਰਸ ਸਿੱਖੀਆਂ ਨੇ, ਜਾਂ ਮੈਂ ਜਿਹੜੀਆਂ ਰੀਅਲੀ ਸੋਚਦਾ ਵੀ ਜਿਹਨਾਂ ਨਾਲ ਮੇਬੀ ਜੇ ਕੋਈ ਸੁਣੂਗਾ ਉਹਨੂੰ ਫਾਇਦਾ ਹੋ ਸਕਦਾ ਐਟ ਦਾ ਟਾਈਮ ਉਹ ਚੀਜ਼ ਨਾਲ ਸਟਰਗਲ ਕਰ ਰਿਹਾ ਹੋਵੇ। ਸੋ ਪਤਾ ਨਹੀਂ ਉਹ ਇੰਟਰਵਿਊ ਕਦੇ ਆਊਗੀ ਕਿ ਨਹੀਂ ਆਊਗੀ, ਕਿਵੇਂ ਅੱਗੇ ਪ੍ਰੋਸੈਸ ਚੱਲਦਾ ਵਾ। ਆਈ ਥਿੰਕ ਕਿਉਂਕਿ ਜਿਹੜੇ ਮੁੰਡੇ ਨੇ ਮੇਰੇ ਨਾਲ ਇੰਟਰਵਿਊ ਕਰਨੀ ਸੀ ਉਹ ਵੀ ਉਹ ਜਗ੍ਹਾ ਜੀ ਛੱਡਣੇ ਵਾਲਾ ਹੀ ਆ, ਜਿਹੜੀ ਜੋਸ਼ ਟਾਕਸ ਦੇ ਵਿੱਚ ਕੁਛ ਵੀ ਆ, ਮਤਲਬ ਇਹੋ ਜਿਹਾ ਕੋਈ ਸਿਨੈਰੀਓ ਆ। ਐਨੀਵੇ ਆਈ ਡੋਨਟ ਨੋ ਫੁੱਲ ਪਿਕਚਰ ਆਫ ਇਟ, ਬਟ ਮੈਂ ਉਹਨੂੰ ਉਹਨੇ ਵਾਇਸ ਮੈਸੇਜਸ ਰਿਕਾਰਡ ਕਰਕੇ ਭੇਜੇ ਆ। ਸੋ ਮੇ ਬੀ ਫਿਊਚਰ ਦੇ ਵਿੱਚ ਆਪਣੀ ਉਹਨਾਂ ਇੰਟਰਵਿਊ ਆ ਜੇ। ਪਹਿਲਾਂ ਵੀ ਮੇਰੇ ਘਰ ਬਹੁਤ ਹੈ ਨਾ ਇੱਦਾਂ ਮੁੰਡੇ ਆਉਂਦੇ ਰਹੇ ਇੰਟਰਵਿਊ ਕਰਨ ਜਾਂ ਕੁਛ ਵੀ ਕਰਨ, ਮੈਂ ਕਿਹਾ ਵੀ ਹਲੇ ਨਹੀਂ, ਹਲੇ ਟਾਈਮ ਨਹੀਂ ਹੈਗਾ। ਸੋ ਜਦੋਂ ਆਪਣਾ ਟਾਈਮ ਆਊਗਾ ਪੂਰਾ ਐਨ ਪ੍ਰੋਪਰ, ਫਿਰ ਆਪਾਂ ਪੂਰੇ ਇੰਟਰਵਿਊ ਕਰਾਂਗੇ। ਪਰ ਰੱਬ ਦੀ ਹੁਣ ਵੀ ਇਸ ਟਾਈਮ ਇੰਨੀ ਜ਼ਿਆਦਾ ਮੇਰਾ ਗੱਡੀ ਦੇ ਵਿੱਚ ਆਰਾਮ ਨਾਲ ਆ, ਬੈਕ ਸੀਟ ਪਿੱਛੇ ਕਰਕੇ ਐਨ ਆਰਾਮ ਨਾਲ ਰਿਲੈਕਸ ਕਰਦੇ ਹਾਂ। ਤੇ ਮੈਨੂੰ ਪਤਾ ਜਿਹੜੀਆਂ ਹੋਣ ਵਾਲੀਆਂ ਸਾਰੀਆਂ ਵੀਡੀਓਜ਼ ਨੇ ਉਹ ਸਾਰੀਆਂ ਘਰੇ ਸ਼ੂਟ ਹੁੰਦੀਆਂ ਨੇ, ਤੇ ਕਈ ਮੇਬੀ ਜਿਹੜੀ ਮੇਰੀ ਪੁਰਾਣੀ ਆਡੀਅੰਸ ਆ ਉਹਨਾਂ ਨੂੰ ਉਹ ਵੀਡੀਓ ਓਨੀ ਇੰਟਰਸਟਿੰਗ ਨਹੀਂ ਲੱਗਣ, ਪਰ ਜਿਹੜੀ ਮੇਰੀ ਸਾਰੀ ਨਿਊ ਆਡੀਅੰਸ ਆ ਨਾ ਉਹਨਾਂ ਨੂੰ ਉਹ ਵੀਡੀਓਜ਼ ਬਹੁਤ ਪਸੰਦ ਆਉਂਦੀਆਂ ਨੇ, ਕਿਉਂਕਿ ਉਹ ਫੈਮਿਲੀ ਕੰਟੈਂਟ ਦੇਖਣਾ ਜ਼ਿਆਦਾ ਲਾਈਕ ਕਰਦੇ ਆ। ਮੈਂ ਪਹਿਲਾਂ ਜ਼ਿਆਦਾ ਬਾਹਰ ਘੁੰਮਦਾ ਹੁੰਦਾ ਸੀਗਾ, ਪਰ ਹੁਣ ਜਿਹੜੀ ਸ਼ਹਿਰਾਂ ਦੀ ਕੰਡੀਸ਼ਨ ਆ ਅਤੇ ਮੈਂ ਹੁਣ ਮੇਰੀ ਫੈਮਿਲੀ ਸ਼ੁਰੂ ਹੋ ਚੁੱਕੀ ਆ, ਤਾਂ ਜਿਹੜੇ ਆਹ ਵਾਲੇ ਦਿਨ ਨੇ ਅਤੇ ਅਗਲੇ ਵੀ 1-2 ਮਹੀਨੇ ਮੋਸਟਲੀ ਆਪਾਂ ਘਰ ਵਾਲੀਆਂ ਵੀਡੀਓਜ਼ ਹੀ ਪਾਵਾਂਗੇ, ਕਿਉਂਕਿ ਮੈਂ ਘਰ ਹੀ ਰਹਿਣਾ ਵਾ, ਸ਼ਹਿਰ ਨੂੰ ਮੇਰੀ ਲੋੜ ਪੈਂਦੀ ਰਹਿੰਦੀ ਆ ਟਾਈਮ ਟੂ ਟਾਈਮ, ਅਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨੂੰ ਲੋੜ ਪੈਣੀ ਪੈਣੀ ਆ। ਸੋ ਇਸ ਕਰਕੇ ਤੁਹਾਨੂੰ ਜ਼ਿਆਦਾ ਵੀਡੀਓਜ਼ ਘਰ ਵਾਲੀਆਂ ਦੇਖਣ ਨੂੰ ਮਿਲਦੀਆਂ ਨੇ। ਉਹ ਆ ਗਈ ਸ਼ਰਨ, ਉਹਨੂੰ ਮੈਂ ਦੇਖਿਆ ਨਹੀਂ ਹੈਗਾ ਅੱਜ ਤੱਕ, ਦੇਖ ਗਿਆ ਲਿਖਿਆ ਨਹੀਂ ਹਲੇ, ਦੇਖੋ ਕਿੱਧਰ ਨੂੰ ਜਾਂਦੀ ਹੈ। ਮੈਂ ਉੱਥੇ ਫੋਟੋਆਂ ਖਿਚਾਉਣੀਆਂ ਨੇ, ਪਰ ਜਦੋਂ ਮੈਂ ਸੋਚਦੀ ਹਾਂ ਵੀ ਉੱਥੇ ਫੋਟੋ ਖਿਚਾਉਂਗੀ, ਫਿਰ ਮੈਂ ਸੋਚਦੀ ਹਾਂ ਮੈਂ ਥੱਲੇ ਰਹਿ ਜਾਊਂਗੀ, ਕੋਈ ਉੱਡਣ ਵਾਲੀ ਪਾਵਰ ਜੀ ਹੋਵੇ, ਮੈਂ ਮੂਹਰੇ ਖੜ ਕੇ ਫੋਟੋ ਖਿਚਾਵਾਂ। ਕਿੱਥੇ? ਉਹ ਜਿਹੜੇ ਟ੍ਰੀਜ ਨੇ ਵੀ ਉਹਨਾਂ ਕੋਲ ਮੈਂ ਫੋਟੋ ਖਿਚਾਵਾਂ, ਵੀ ਹਾਂ ਫਿਰ ਮੈਂ ਉੱਚੀ ਨਹੀਂ ਆਉਣੀ, ਫਿਰ ਮੈਂ ਤਾਂ ਥੱਲੇ ਹੀ ਰਹਿ ਜਾਊਂਗੀ, ਪੱਤਿਆਂ ਤੱਕ ਮੈਂ ਦਿਖਣੀ ਨਹੀਂ, ਮੇਰੇ ਪਿੱਛੇ ਪੱਤੇ ਨਹੀਂ ਦਿਖਣੇ ਮੇਰੀ। ਹੈ ਜੀ ਮੇਰੀ ਇਹ, ਤੁਸੀਂ ਉਹ ਕਰੋ ਤਮੰਨਾ ਪੂਰੀ ਕਰੋ। ਹਾਂਜੀ ਅੱਜ ਅੱਜ ਹੀ ਕਰੋ, ਇਹਦੇ ਨਾਲ ਦੋ ਤਮੰਨਾ ਪੂਰੀਆਂ ਹੋ ਜਾਣੀਆਂ ਨੇ, ਤੁਹਾਡੀ ਵੀ ਤੇ ਮੇਰੀ ਵੀ। ਐਕਸਪਲੇਨ ਕਰਿਓ ਜੀ ਇਹ, ਮੈਂ ਗੱਲ ਦਿਲ ਚ ਰੱਖ ਲੈਣੀ ਹੈ।
ਹੁਣ ਆਪਾਂ ਚੱਲੇ ਆ ਵਾਲਮਾਰਟ ਦੇ ਵਿੱਚ। ਅਸੀਂ ਪਹੁੰਚ ਗਏ ਜੀ ਵਾਲਮਾਰਟ, ਬਸ ਅੰਦਰ ਚੱਲਦੇ ਹਾਂ, ਗਰੋਸਰੀ ਸ਼ੋਪਿੰਗ ਕਰਦੇ ਹਾਂ। ਅੱਜ ਠੀਕ ਹੀ ਸੀਗਾ, ਲਾਈਕ ਹਸਪੀਟਲ ਗਏ ਤਾਂ ਉੱਥੇ ਕੋਈ ਜ਼ਿਆਦਾ ਨਹੀਂ ਉਹਨਾਂ ਨੇ ਕੀਤਾ, ਕਿਉਂਕਿ ਅੱਜ ਉਲਝ ਜੀ ਹੋਈ ਪਈ ਸੀ ਹਸਪੀਟਲ ਦੇ ਵਿੱਚ। ਉਹਨਾਂ ਨੇ ਸੋਫਟਵੇਅਰ ਅਪਡੇਟ ਕੀਤਾ ਸੀ ਤਾਂ ਕਰਕੇ ਹਰ ਇੱਕ ਚੀਜ਼ ਨੂੰ, ਜੋ ਆਪਾਂ ਜਾ ਕੇ ਵੀ ਕਹਿੰਦੇ ਸੀ ਵੀ ਆਪਣੀ ਅਪੁਆਇੰਟਮੈਂਟ, ਇੰਨਾ ਜ਼ਿਆਦਾ ਟਾਈਮ ਲੱਗ ਰਿਹਾ ਸੀ। ਅੱਧਾ ਘੰਟਾ ਉਹਨੇ ਮੇਰੇ 'ਤੇ ਐਵੇਂ ਹੀ ਲਾਇਆ, ਜਦੋਂ ਜਾ ਕੇ ਮੈਂ ਕਿਹਾ ਕਿ ਅੱਜ ਮੇਰੀ ਅਪੁਆਇੰਟਮੈਂਟ 10:30 ਦੀ ਅਪੁਆਇੰਟਮੈਂਟ ਸੀ, ਮੈਨੂੰ 12 ਵੱਜ ਗਏ ਸੀਗੇ। 12 ਵਜੇ ਤੱਕ ਮੈਂ ਐਂ ਬੈਠੀ ਰਹੀ, ਹੋਰ ਵੀ ਐਵੇਂ ਬੈਠੇ ਰਹੇ ਲੋਕ, ਅਤੇ ਉਸ ਤੋਂ ਬਾਅਦ ਮੈਨੂੰ ਤਾਂ ਫਿਰ ਵੀ ਮੈਂ ਉਹਨਾਂ ਨੂੰ ਕਹਿਤਾ ਸੀ ਕਿ ਮੈਨੂੰ ਨਹੀਂ ਵਧੀਆ ਲੱਗ ਰਿਹਾ, ਵੀ ਮੈਨੂੰ ਕੋਈ ਨਾ ਕੋਈ ਡਾਕਟਰ ਦੇਖ ਲਵੇ, ਚੈੱਕਅਪ ਕਰ ਲਏ, ਪਰ ਉਹਨਾਂ ਨੇ ਕਰ ਲਿਆ ਸੀ, ਮੇਰਾ ਤਾਂ ਠੀਕ ਰਿਹਾ। ਬਾਕੀ ਸਾਰਿਆਂ ਨੂੰ ਸ਼ਾਇਦ ਕਾਲ ਕਰਨਗੇ ਹੁਣ, ਅਤੇ ਹੁਣ ਆਪਾਂ ਇੱਥੇ ਆਏ ਹਾਂ, ਥੋੜ੍ਹਾ ਜਿਹਾ ਸਮਾਨ ਬਾਏ ਕਰਨਾ ਸੀ। ਪਿਛਲੀ ਵਾਰ ਇਹਨੂੰ ਸੀਰੀਅਲ ਪਸੰਦ ਆ ਗਏ, ਹੁਣ ਸੀਰੀਅਲ ਹੀ ਕਰਦੀ ਰਹਿੰਦੀ ਹੈ ਇਹ। ਦੇਖੋ ਅੱਜ ਕਿਹੜਾ ਪਿਕ, ਜਿਹੜਾ ਮਰਜ਼ੀ ਚੱਕ ਲਾ। ਕਾਰਨਫਲੈਕਸ ਤੈਨੂੰ ਜਮਾਂ ਸਵਾਦ ਨਹੀਂ ਲੱਗਣੇ, ਜਮਾਂ ਫਿੱਕੇ ਹੋਣੇ ਇਹ, ਜਮਾਂ ਕਰਾਂਚੀ ਹੋਣਗੇ, ਪਰ ਦੁੱਧ 'ਚ ਪਾ ਕੇ ਉਹ ਵੀ ਕਰਾਂਚੀ ਨੇ, ਇਹ ਜਮਾਂ ਮਿੱਠੇ ਹੋਣਗੇ। ਇਹ ਤਾਂ ਵਧੀਆ ਹੈਲਦੀ ਨੇ, ਪਰ ਇਹ ਤੈਨੂੰ ਸਵਾਦ ਨਹੀਂ ਲੱਗਣੇ ਇੰਨੇ ਵੈਕਟਰ ਦੇ, ਨਹੀਂ ਇਹ 'ਚ ਪਤਾ ਹਾਈ ਪ੍ਰੋਟੀਨ ਵਾਲੇ ਹੁੰਦੇ ਆ, ਆਹ ਦੇਖੋ। ਸੋ ਕਾਫੀ ਸੋਚਣੇ ਕੇ ਬਾਅਦ ਇਹ ਨਿਰਣੇ ਲਿਆ ਗਿਆ ਹੈ ਕਿ ਇਹ ਵਾਲਾ ਐਂਡ ਇਹ ਵਾਲਾ, ਔਰ ਅਭੀ ਕਸ਼ਮ ਕਸ਼ਮ ਮੇਂ ਫਸੇ ਹੋਏ, ਇਹ ਵੀ ਵਧੀਆ, ਸਾਰੀ ਵਧੀਆ ਨੇ ਤਾਂ ਯਾਰ, ਪਰ ਐਂ ਵੀ ਸਾਰਿਆਂ ਦੀ ਬੰਦਾ ਬੋਰ ਵੀ ਹੋ ਜਾਂਦਾ ਜੇ ਤੁਸੀਂ ਚੇਂਜ ਨਹੀਂ ਕਰੇਂਗੇ, ਸਾਰਿਆਂ ਤੋਂ ਬੋਰ ਹੋ ਜਾਂਦਾ। ਤੁਹਾਡੀ ਹੈ ਤਾਂ ਚੋਇਸ, ਮੈਂ ਕੀ ਦੱਸ ਸਕਦਾ। ਆਲੂ ਪਿਆਜ਼ ਜੇ ਮੁੱਕ ਗਏ ਸੀਗੇ ਪਿਛਲੀ ਵਾਰ, ਅਸੀਂ ਲੈਣੇ ਭੁੱਲ ਗਏ ਸੀਗੇ, ਸੋ ਇਸ ਕਰਕੇ ਅਸੀਂ ਐਕਟੀ ਲੈ ਰਹੇ ਹਾਂ, ਬਸ ਪੀਨਟ ਬਟਰ, ਮੈਗੀ ਮਸਾਲੇ, ਇੱਕ ਦੁੱਧ ਦਾ ਪੈਕ। ਆਪਾਂ ਹੁਣ ਜਿਹੜਾ ਪੈਕੇਜ ਸਵੇਰੇ ਪੈਕ ਕੀਤਾ ਸੀ ਉਹ ਡ੍ਰੌਪ ਕਰਿਆ ਜੀ। ਸਾਰੇ ਸ਼ੋਪਰ ਡਰੱਗ ਮਾਰਟਸ ਦੇ ਵਿੱਚ ਕੈਨੇਡਾ ਪੋਸਟ ਹੁੰਦਾ, ਐਮਾਜ਼ਾਨ ਦਾ ਰਿਟਰਨ ਪੈਕੇਜ ਸੀਗਾ, ਆਪਾਂ ਕੁਛ ਰਿਟਰਨ ਕਰ ਰਹੇ ਸੀ ਜਿਵੇਂ ਤੁਹਾਨੂੰ ਦੱਸਿਆ ਸੀਗਾ ਸਵੇਰੇ, ਬਸ ਉੱਥੇ ਜਾਣਾ, ਉਹਨਾਂ ਨੂੰ ਫੜਾ ਦੇਣਾ, ਉਹਨਾਂ ਨੇ ਟਰੈਕਿੰਗ ਨੰਬਰ ਦੇ ਦੇਣਾ, ਇੱਕ ਮਿੰਟ ਦਾ ਕੰਮ ਆ। ਜਿਹੜੇ ਵੀ ਲੋਕ ਕੈਨੇਡਾ ਦੇ ਵਿੱਚ PR ਨੇ ਜਾਂ ਸਿਟੀਜ਼ਨ ਨੇ, ਉਹ ਆਪਣੇ ਘਰਦਿਆਂ ਨੂੰ, ਆਪਣੇ ਪੇਰੈਂਟਸ ਜਾਂ ਆਪਣੇ ਦਾਦੀ ਦਾਦੀ ਨੂੰ, ਗ੍ਰੈਂਡ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਨੇ, ਉਹਨਾਂ ਨੂੰ ਕੈਨੇਡਾ ਦੇ ਵਿੱਚ ਰਹਿੰਦੇ 3-4 ਸਾਲ ਹੋ ਗਏ, ਉਹਨਾਂ ਦੀ ਪਿਛਲੇ 3-4 ਸਾਲ ਦੀ ਇਨਕਮ $40,000 ਤੋਂ ਵੱਧ ਆ ਈਚ ਈਅਰ, ਉਹ ਆਪਣੇ ਘਰਦਿਆਂ ਨੂੰ ਸਪੋਂਸਰ ਕਰ ਸਕਦੇ। ਉਰੇ ਕਿਵੇਂ ਹੁੰਦਾ ਵਾ ਸਪੋਂਸਰ ਦਾ ਕੰਮ, ਉਰੇ ਤੁਸੀਂ ਇੱਕ ਆਨਲਾਈਨ ਫਾਰਮ ਭਰਨਾ ਹੁੰਦਾ, ਉਹ 'ਚ ਬੇਸਿਕ ਇਨਫੋਰਮੇਸ਼ਨ ਹੁੰਦੀ ਹੈ, ਜਿਵੇਂ ਤੁਸੀਂ ਆਪਣਾ ਨਾਮ ਭਰ ਦੇਣਾ ਵਾ, ਤੁਹਾਡੇ ਕੋਲ PR ਕਾਰਡ ਆ ਜਾਂ ਸਿਟੀਜ਼ਨਸ਼ਿਪ, ਜਿਹੜਾ ਵੀ ਕੁਛ ਆ ਨਾ ਤੁਹਾਡਾ ਸਟੇਟਸ, ਉਦੋਂ ਬਾਅਦ ਆਪਣੇ ਮੰਮੀ ਡੈਡੀ ਜਾਂ ਦਾਦਾ ਦਾਦੀ ਜਿਹਨੂੰ ਵੀ ਤੁਸੀਂ ਸਪੋਂਸਰ ਕਰਨਾ ਵਾ ਉਹਦੀ ਇਨਫੋਰਮੇਸ਼ਨ ਭਰ ਕੇ ਆਨਲਾਈਨ ਫਾਰਮ ਸਬਮਿਟ ਕਰ ਦੇਣਾ ਵਾ, ਫਿਰ ਉਹਨਾਂ ਨੇ ਸਾਰੇ ਆਨਲਾਈਨ ਫਾਰਮ ਲੋਕਾਂ ਨੇ ਸਬਮਿਟ ਕਰਤੇ, ਉਹਦੇ ਵਿੱਚੋਂ ਲੋਟਰੀ ਸਿਸਟਮ ਵਾਂਗੂ ਉਹਨਾਂ ਨੇ ਕੁਛ ਰੈਂਡਮ ਜਿੰਨੀਆਂ ਉਹਨਾਂ ਨੇ ਸਪੋਂਸਰ ਐਪਲੀਕੇਸ਼ਨ ਸੋਚੀਆਂ ਹੁੰਦੀਆਂ ਨੇ ਵੀ ਅਸੀਂ ਲਾਈਕ ਅੰਬੈਸੀ ਵਾਲਿਆਂ ਨੇ, ਇਮੀਗ੍ਰੇਸ਼ਨ ਵਾਲਿਆਂ ਨੇ ਵੀ ਅਸੀਂ ਇੰਨੀ ਐਕਸੈਪਟ ਕਰਨੀਆਂ ਨੇ, ਫਿਰ ਉਹ ਸਾਰਿਆਂ ਨੇ ਆਪਣੀਆਂ ਲਾਈਕ ਲੋਟਰੀਆਂ ਪਾਤੀਆਂ, ਸਾਰਿਆਂ ਨੇ ਫਾਰਮ ਪਾਤੇ, ਉਹਨਾਂ ਨੇ ਉਹਦੇ ਵਿੱਚੋਂ ਕੁਛ ਫਾਰਮ ਕੱਢ ਲੈਣੇ ਆ। ਸੋ ਜਿਨ੍ਹਾਂ ਦੇ ਸਪੋਂਸਰਸ਼ਿਪ ਵਾਲੇ ਫਾਰਮ ਸਿਲੈਕਟ ਹੁੰਦੇ ਆ, ਫਿਰ ਉਹਨਾਂ ਨੂੰ 60 ਦਿਨ ਦਿੰਦੇ ਆ ਵੀ ਹੁਣ ਤੁਸੀਂ ਐਪਲੀਕੇਸ਼ਨ ਫਾਈਲ ਕਰ ਸਕਦੇ ਹੋ ਆਪਣੇ ਘਰਦਿਆਂ ਅਤੇ ਆਪਣੇ ਦਾਦਾ ਦਾਦੀ ਦੇ PR 'ਤੇ। ਹੁਣ ਮੈਂ ਕੈਨੇਡਾ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੋਂ ਪੜ੍ਹ ਰਿਹਾ ਵੀ ਗਵਰਨਮੈਂਟ ਆਫ ਕੈਨੇਡਾ ਅਨਾਊਂਸਿਸ, ਉਹਨਾਂ ਨੇ ਅਨਾਊਂਸ ਕਰਤਾ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ, 3 ਵੀਕਾਂ ਦਾ ਪ੍ਰੋਗਰਾਮ ਆ ਜੀ, ਓਵਰ ਆ 3-ਵੀਕ ਪੀਰੀਅਡ, 12 ਵਜੇ ਤੋਂ ਲੈ ਕੇ October 13, ਮਤਲਬ ਕੈਨੇਡਾ ਦੇ ਵਿੱਚ ਅੱਜ October 13 ਤੋਂ November 3 ਤੱਕ ਦੇ ਵਿੱਚ, ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ, ਜੇ ਤੁਸੀਂ PR ਹੋ, ਤੁਸੀਂ ਆਪਣੇ ਘਰਦਿਆਂ ਅਤੇ ਆਪਣੇ ਦਾਦਾ ਦਾਦੀ ਨੂੰ, ਮਤਲਬ ਆਪਣੇ ਮਾਪਿਆਂ ਅਤੇ ਆਪਣੇ ਦਾਦਾ ਦਾਦੀ ਨੂੰ ਸਪੋਂਸਰ ਕਰ ਸਕਦੇ ਹੋ। ਪਰ ਇਹ ਹੈਗਾ ਸਾਰਾ ਕਿਸਮਤ ਦਾ ਕੰਮ ਆ, ਕਈ ਲੋਕ ਨਹੀਂ ਵੀ ਦੱਸਦੇ ਹੁੰਦੇ ਹੈਗੇ ਵੀ ਯਾਰ ਨਹੀਂ ਜੇ ਜਿਵੇਂ ਵੀ ਮੈਂ ਦੱਸੂੰਗਾ ਤਾਂ ਇੰਨੀਆਂ ਜ਼ਿਆਦਾ ਹੋਰ ਐਪਲੀਕੇਸ਼ਨ ਆਉਣਗੀਆਂ, ਮੇਰੇ ਚਾਂਸਿਸ ਘਟਣਗੇ, ਪਰ ਇਹ ਕਹਿ ਲਓ ਵੀ ਕਿੰਨੀਆਂ ਜ਼ਿਆਦਾ ਐਪਲੀਕੇਸ਼ਨ ਆਉਣੀਆਂ ਨੇ, ਜਿਹਦੀ ਕਿਸਮਤ ਤਕੜੀ ਆ ਉਹਨੇ ਲਈ ਜਾਣੀ ਖਿੱਚ ਕੇ ਐਪਲੀਕੇਸ਼ਨ। ਜਿਵੇਂ ਮੈਨੂੰ ਕਈ ਕੁਸ਼ਚਨ ਆਉਂਦੇ ਹੁੰਦੇ ਆ ਵੀ ਤੁਹਾਡੇ ਘਰ ਦੇ PR ਨੇ ਜਾਂ ਤੁਹਾਡੇ ਘਰ ਦੇ ਤੁਸੀਂ ਕੈਨੇਡਾ 'ਚ ਕਦੇ ਕਿਉਂ ਨਹੀਂ ਬੁਲਾਏ ਹੈਗੇ, ਕੈਨੇਡਾ ਦੇ ਵਿੱਚ ਮੇਰੇ ਘਰ ਦੇ ਆ ਚੁੱਕੇ ਨੇ, ਆਈ ਥਿੰਕ ਮੰਮੀ 2-3 ਵਾਰ ਆ ਗਏ, ਡੈਡੀ ਵੀ 1 ਵਾਰ ਆ ਚੁੱਕੇ ਨੇ, ਉਹਨਾਂ ਨੂੰ ਕੋਈ ਐਡਾ ਜ਼ਿਆਦਾ ਉਰੇ ਫਨ ਨਹੀਂ ਲੱਗਦਾ, ਤੁਹਾਨੂੰ ਪਤਾ ਸਾਡਾ ਪਿੰਡ ਘਰ ਕਹਿ ਦਿਓ ਵੀ ਸਵਰਗ ਵਰਗਾ, ਉੱਥੇ ਵਧੀਆ ਉਹਨਾਂ ਦਾ ਪੂਰਾ ਚਿੱਤ ਲੱਗਦਾ ਵਾ। ਹੁਣ ਜਿਹੜੀ ਆਪਾਂ ਇਹਦੇ ਵਿੱਚ ਐਲੀਜੀਬਿਲਟੀ ਦੇਖਣੀ ਹੈ, ਇਹਦੇ ਵਿੱਚ ਕੋਈ ਜ਼ਿਆਦਾ ਟਰਮਸ ਨਹੀਂ ਹੈਗੀਆਂ ਜਦੋਂ ਤੁਸੀਂ ਇਹ ਆਨਲਾਈਨ ਫਾਰਮ ਭਰਨਾ ਵਾ ਸਪੋਂਸਰਸ਼ਿਪ ਵਾਲਾ, ਪਰ ਜਿਹੜੀ ਮੇਨ ਕਹਿ ਲਓ ਵੀ ਜਿਹੜੀ ਸਭ ਤੋਂ ਇੰਪੋਰਟੈਂਟ ਆ ਉਹ ਹੈਗੀ ਆ ਤੁਹਾਡੀ ਪਿਛਲੇ 3 ਸਾਲਾਂ ਦੀ ਇਨਕਮ ਦੇਖੀ ਜਾਊਗੀ। ਜਿਵੇਂ ਹੁਣ ਇਹ ਵਾਲੀ ਐਪਲੀਕੇਸ਼ਨ 2021 ਦੇ ਵਿੱਚ ਲੱਗਣਗੀ ਆ, ਤਾਂ ਤੁਹਾਡੀ 2020 ਦੀ ਇਨਕਮ, 2019 ਦੀ ਇਨਕਮ ਅਤੇ 2018 ਦੀ ਇਨਕਮ ਚੈੱਕ ਕੀਤੀ ਜਾਊਗੀ ਵੀ ਤੁਸੀਂ ਕਿੰਨੀ ਇਨਕਮ ਦੇ ਉੱਤੇ ਟੈਕਸ ਭਰਿਆ ਵਾ। ਆ ਮੈਂ ਇੱਧਰ ਸਾਈਡ ਦੇ ਉੱਤੇ ਇੱਕ ਇਨਕਮ ਚਾਰਟ ਲਾ ਦਿੰਦਾ ਵਾ, ਉੱਥੋਂ ਤੁਹਾਨੂੰ ਪਤਾ ਲੱਗ ਜੂਗਾ ਵੀ ਤੁਸੀਂ ਐਲੀਜੀਬਲ ਹੈਗੇ ਹੋ ਕਿ ਨਹੀਂ।
ਜੇ ਤੁਸੀਂ ਆਪਣੇ ਸਿਰਫ ਮੰਮੀ ਡੈਡੀ ਜਾਂ ਸਿਰਫ ਦਾਦਾ ਦਾਦੀ ਮਤਲਬ ਦੋ ਬੰਦਿਆਂ ਲਈ ਅਪਲਾਈ ਕਰਨਾ ਵਾ ਤੁਹਾਡੀ 2020 ਦੀ ਇਨਕਮ ਚਾਹੀਦੀ ਆ ਆਲਮੋਸਟ $33,000 ਫਿਰ $41,000 2019 ਦੀ ਅਤੇ 2018 ਦੀ $40,000 ਤੋਂ ਉੱਤੇ ਇੱਦਾਂ ਜੇ ਤੁਸੀਂ ਤਿੰਨ ਬੰਦਿਆਂ ਨੂੰ ਅਪਲਾਈ ਕਰਨਾ ਚਾਰ ਬੰਦਿਆਂ ਨੂੰ ਅਪਲਾਈ ਕਰਨਾ ਤੁਸੀਂ ਦੇਖ ਰਹੇ ਹੋਵੋਗੇ ਕਿ ਜਿਹੜੀ 2020 ਦੀ ਇਨਕਮ ਉਹਨਾਂ ਨੇ ਘੱਟ ਕੀਤੀ ਆ ਉਹ ਕੋਵਿਡ ਕਰਕੇ ਉਹਨਾਂ ਨੇ ਵਾਲੀ ਮਿਨੀਮਮ ਰਿਕੁਆਇਰਮੈਂਟ ਥੋੜ੍ਹੀ ਜਿਹੀ ਘੱਟ ਕਰਤੀ ਕਿਉਂਕਿ ਇਹ ਸਾਰਿਆਂ ਵਾਸਤੇ ਲਾਈਕ ਥੋੜ੍ਹਾ ਜਿਹਾ ਹਾਰਡ ਈਅਰ ਆ ਇਨਕਮ ਘੱਟ ਹੋਈ ਆ ਪਰ ਜਿਹੜੇ ਲੋਕ ਪ੍ਰੋਪਰ ਟੈਕਸ ਨਹੀਂ ਭਰ ਰਹੇ ਪਿਛਲੇ ਸਾਲਾਂ ਤੋਂ ਜਾਂ ਕਹਿ ਲਓ ਵੀ ਕਿਸੇ ਨੇ ਆਪਣਾ ਟੈਕਸ ਲੁਕੋ ਲਿਆ $25,000 ਹੀ ਸ਼ੋਅ ਕਰ ਰਹੇ ਨੇ ਸਾਲ ਦੇ ਉਹ ਇਹ ਚੀਜ਼ ਨਹੀਂ ਭਰ ਸਕਦੇ ਕਿਉਂਕਿ ਇਹਦੇ ਵਿੱਚ ਇਨਕਮ ਆਪਾਂ ਨੂੰ ਪਿਛਲੇ 3 ਸਾਲਾਂ ਦੀ ਆਲਮੋਸਟ ਲਾਈਕ ਚਾਲੀ ਹਜ਼ਾਰ ਚਾਹੀਦੀ ਆ ਅਤੇ 2020 ਦੀ ਚਾਹੀਦੀ ਆਪਾਂ ਨੂੰ $32,899 ਬਾਕੀ ਇਹ ਵੱਧਦੀ ਜਾਂਦੀ ਆ ਤੁਸੀਂ ਕਿਹਨੂੰ ਕਿਹਨੂੰ ਲਾਈਕ ਬੁਲਾਉਣਾ ਚਾਹੁੰਦੇ ਹੋ ਤਿੰਨ ਬੰਦਿਆਂ ਨੂੰ ਚਾਰ ਬੰਦਿਆਂ ਨੂੰ ਪੰਜ ਬੰਦਿਆਂ ਨੂੰ ਸੱਤ ਬੰਦਿਆਂ ਨੂੰ 6 ਬੰਦਿਆਂ ਨੂੰ ਉਸ ਹਿਸਾਬ ਨਾਲ ਕਿਉਂਕਿ ਤੁਸੀਂ ਉਹਨਾਂ ਨੂੰ ਆ ਕੇ ਉਰੇ ਫਾਈਨੈਂਸ਼ੀਅਲੀ ਕੈਨੇਡਾ ਕਹਿੰਦਾ ਵੀ ਤੁਸੀਂ ਉਹਨਾਂ ਨੂੰ ਸਪੋਰਟ ਕਰਨਾ ਵਾ ਇਸ ਕਰਕੇ ਤੁਹਾਡੀ ਇਨਕਮ ਦੇਖਦੇ ਆ ਵੀ ਤੁਸੀਂ ਪਿਛਲੇ 3 ਸਾਲਾਂ ਤੋਂ ਕਿੰਨੀ ਇਨਕਮ ਦੇ ਉੱਤੇ ਟੈਕਸ ਭਰ ਰਹੇ ਹੋ ਸੋ ਮੈਂ ਆਪਣੇ ਘਰਦਿਆਂ ਦਾ ਭਰ ਕੇ ਹਟਿਆ ਵਾ ਮੇਰੇ ਲਈ ਪ੍ਰੇ ਕਰਿਓ ਵੀ ਉਹਨਾਂ ਨੂੰ PR ਵਾਲੀ ਫਾਈਲ ਮੇ ਵੀ ਚੱਕੀ ਜਾਵੇ ਕੀ ਪਤਾ ਹੁੰਦਾ ਬਹੁਤ ਘੱਟ ਚਾਂਸਿਸ ਨੇ ਮੇਰੇ ਕਈ ਵਾਰੀ ਪਿਛਲੇ ਕਈ ਸਾਲਾਂ ਤੋਂ ਇਹ ਲੋਟਰੀ ਸਿਸਟਮ ਦੇ ਵਿੱਚ ਹੈਗੇ ਨੇ ਅਤੇ ਇਹ ਕਈਆਂ ਲਈ ਬਹੁਤ ਵਧੀਆ ਵਾ ਪਹਿਲੀ ਵਾਰ ਲਾਈ ਤੇ ਫਾਈਲ ਚੱਕੀ ਜਾਂਦੀ ਆ ਕਈਆਂ ਦੇ ਪਿਛਲੇ ਕਈ ਸਾਲਾਂ ਤੋਂ ਲਾ ਰਹੇ ਨੇ ਉਹਨਾਂ ਦੀ ਫਾਈਲ ਨਹੀਂ ਚੱਕੀ ਜਾ ਰਹੀ ਹੈਗੀ ਅਤੇ ਇਹ ਸਿਰਫ ਉਹ ਕਰ ਸਕਦੇ ਜਿਹੜੇ PR ਨੇ ਸਿਟੀਜ਼ਨ ਨੇ ਜਿਹਨਾਂ ਦਾ ਉਹਨੇ ਪੱਕਾ ਸਟੇਟਸ ਆ ਲਾਈਕ ਟੈਂਪਰੇਰੀ ਵਰਕ ਪਰਮਿਟ ਜਾਂ ਇੰਟਰਨੈਸ਼ਨਲ ਸਟੂਡੈਂਟਸ ਨਹੀਂ ਕਰ ਸਕਦੇ ਸੋ ਮੈਂ ਸੋਚਿਆ ਵੀ ਤੁਹਾਡੇ ਸਾਰਿਆਂ ਨਾਲ ਇਹ ਸ਼ੇਅਰ ਕਰ ਲਈਏ ਕਈ ਵਾਰ ਇਹ ਇਨਫੋਰਮੇਸ਼ਨ ਮਿਸ ਹੋ ਜਾਂਦੀ ਹੈ ਕਿਉਂਕਿ ਅੱਜ ਮੈਨੂੰ ਵੀ ਐਵੇਂ ਰੈਂਡਮਲੀ ਮੈਂ ਵੈਬਸਾਈਟ ਚੈੱਕ ਕਰ ਰਿਹਾ ਸੀਗਾ ਮੈਨੂੰ ਇਨਫੋਰਮੇਸ਼ਨ ਮਿਲੀ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ ਅਤੇ ਦੂਜਾ ਕਾਫੀ ਜਣਿਆਂ ਨੇ ਕੁਐਸਚਨ ਪੁੱਛਿਆ ਸੀ ਜਿਹੜਾ ਮੈਂ ਗਿਫਟ ਸ਼ੇਅਰ ਕਰਨ ਵਾਸਤੇ ਐਡਰੈਸ ਭੇਜਿਆ ਸੀ ਵੀਰੇ ਤੁਹਾਡੇ ਘਰ ਦਾ ਐਡਰੈਸ ਆ ਤੁਸੀਂ ਆਪਣਾ ਪਰਸਨਲ ਐਡਰੈਸ ਘਰ ਦਾ ਕਿਉਂ ਸ਼ੋਅ ਕਰਤਾ ਨਹੀਂ ਜੇ ਉਹ ਘਰ ਦਾ ਐਡਰੈਸ ਨਹੀਂ ਹੈਗਾ ਉਹ PO ਬਾਕਸ ਆ ਉਹ ਇੱਦਾਂ ਮਿਲ ਜਾਂਦੇ ਹੁੰਦੇ ਆ ਪਰ ਸਾਡੇ ਘਰ ਦਾ ਐਡਰੈਸ ਨਹੀਂ ਹੈਗਾ ਜਿਹਨੂੰ ਸ਼ੱਕ ਹੋਊਗਾ ਆਪਣਾ ਜਾ ਕੇ ਉਹ ਐਡਰੈਸ ਨੂੰ ਟਰੈਕ ਕਰਕੇ ਦੇਖ ਲਿਓ ਕਿਤੇ ਹੋਰ ਦੇ ਐਡਰੈਸ ਹੋਊਗਾ ਪਰ ਜਿਹੜਾ ਵੀ ਤੁਸੀਂ ਕੁਛ ਭੇਜੇਂਗੇ ਉਹ ਅਸੀਂ ਖੁਦ ਆਪ ਰਿਸੀਵ ਕਰ ਲਾਂਗੇ ਸੋ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੂੰਗਾ ਜਿੱਥੇ ਤੁਸੀਂ ਇਹ ਆਨਲਾਈਨ ਫਾਰਮ ਸਬਮਿਟ ਕਰ ਸਕਦੇ ਹੋ ਸਿਰਫ 5-10 ਮਿੰਟ ਦਾ ਕੰਮ ਆ ਤੁਹਾਨੂੰ ਤੁਹਾਡੇ ਤੁਹਾਡੇ ਘਰਦਿਆਂ ਦੇ ਬਰਥ ਨਾਮ ਇਹ ਚੀਜ਼ਾਂ ਯਾਦ ਹੋਣੀਆਂ ਚਾਹੀਦੀਆਂ ਨੇ ਸਿਰਫ ਇੱਕ ਡਾਕੂਮੈਂਟ ਅਪਲੋਡ ਕਰਨਾ ਹੋ ਚਾਹੇ ਤੁਸੀਂ PR ਕਾਰਡ ਕਰ ਦਿਓ ਜਾਂ ਪਾਸਪੋਰਟ ਕਰ ਦਿਓ ਜਾਂ ਉਹਨਾਂ ਨੇ ਕਈ ਆਪਸ਼ਨ ਦਿੱਤੇ ਹੋਏ ਨੇ ਚੰਗਾ ਹੀ ਹੁਣ ਫਿਰ ਇਜਾਜ਼ਤ ਦਿਓ ਹੋਪਫੁਲੀ ਅੱਜ ਦੀ ਵੀਡੀਓ ਤੁਹਾਨੂੰ ਲਾਈਕ ਕਿਤੇ ਨਾ ਕਿਤੇ ਮੇ ਵੀ ਕਿਸੇ ਦੇ ਕੰਮ ਆਜੂਗੀ ਅਤੇ ਜੇ ਤੁਹਾਨੂੰ PR ਮਿਲ ਗਈ ਤਾਂ ਮੈਨੂੰ ਪਾਰਟੀ ਦੇ ਦਿਓ ਜੇ ਕਿਸੇ ਦੇ ਘਰਦਿਆਂ ਨੂੰ ਮੇਰੇ ਕਰਕੇ PR ਮਿਲ ਗਈ ਲਵ ਯੂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਆਪਣਾ ਖਿਆਲ ਰੱਖਿਓ ਬਾਏ ਬਾਏ ਸੋਹਣਾ ਕਰੀਏ ਆਪਾਂ ਵੀਡੀਓ ਐਡਿਟ